ਤਾਂ SKM ਦੀ ਮੀਟਿੰਗ ਸੀ ਮਿੰਟੂ ਜੀ, ਉਹਨਾਂ ਨੇ ਤਾਂ ਸਾਫ਼ ਕਰ ਦਿੱਤਾ ਕਿ ਬਈ ਨਹੀਂ, ਇਹ ਆਖਣਗੇ ਕਿ ਸਾਡਾ ਮੋਰਚਾ ਜੇ 19 ਕੀ ਹੋਊਗੀ ਵੀ ਸਾਡਾ ਮੋਰਚਾ ਇਹਨਾਂ ਨੇ ਖਰਾਬ ਕਰ ਦਿੱਤਾ ਜੀ, ਹਾਲੇ ਅਸੀਂ ਜਾਵਾਂਗੇ ਨਹੀਂ, ਬਟ ਉਹਨਾਂ ਨੇ ਆਪਣੇ ਪ੍ਰੋਗਰਾਮ ਅਲੱਗ ਤੋਂ ਆ ਜਿਹੜੇ ਉਹ ਜ਼ਰੂਰ ਲਿਖੇ ਆ। ਇਹ ਉਹ ਤਾਂ ਦੇਖੋ ਤੁਸੀਂ ਉਸ ਦਿਨ ਹੀ ਸਮਝ ਆਉਣਾ ਸੀਗਾ ਨਾ, ਜਿਸ ਦਿਨ ਰੁਲਦੂ ਸਿੰਘ ਮਾਨਸਾ ਨੇ ਇਹ ਗੱਲ ਆਖੀ ਸੀਗੀ ਜੀ ਕਿ ਬਿਨਾਂ ਸੱਦੇ ਤੋਂ ਤਾਂ ਕੋਈ ਵਿਆਹ 'ਚ ਨਹੀਂ ਜਾਂਦਾ, ਅਸੀਂ ਕਿਵੇਂ ਚਲੇ ਜਾਈਏ ਜੀ। ਇਹ ਬੜਾ ਰੁੱਖਾ ਜਵਾਬ ਸੀ ਜੀ ਉਹਨਾਂ ਦਾ ਜੀ, ਨਾਲੇ ਪੋਲਾ ਨਾਲੇ ਠੋਲਾ ਦੋਨੋਂ ਚੀਜ਼ਾਂ ਹੀ ਉਹਦੇ ਵਿੱਚ। ਬਿਲਕੁਲ ਜੀ, ਅਤੇ ਕੱਲ੍ਹ ਵੀ ਰਾਜੇਵਾਲ ਸਾਹਿਬ ਹੋਰਾਂ ਨੇ ਵੀ ਇਹੋ ਗੱਲ ਆਖ ਦਿੱਤੀ ਜੀ ਕਿ ਭਾਈ ਸਾਨੂੰ ਦੱਸ ਕੇ ਥੋੜ੍ਹੀ ਇਹਨਾਂ ਨੇ ਕੀਤਾ ਜੀ, ਮੰਗਾਂ ਸਾਡੀਆਂ ਸੀ, ਸਾਂਝੀਆਂ ਸੀ, ਇਹਨਾਂ ਨੇ ਚੁੱਕ ਕੇ ਤੇ ਆਪਦਾ ਪ੍ਰੋਗਰਾਮ ਦੇ ਦਿੱਤਾ, ਹੁਣ ਅਸੀਂ ਜਾਵਾਂਗੇ ਅਤੇ ਕੋਈ ਗੱਲ ਹੁੰਦੀ ਹੈ ਤਾਂ ਮੁੜ ਕੇ ਕਹਿਣਗੇ ਸਾਡਾ ਮੋਰਚਾ ਖਰਾਬ ਕਰਨ ਆ ਗਏ ਜੀ। ਤੇ ਤੋਂ ਸਾਫ਼ ਆ ਕਿ ਜਿਹੜੀ ਏਕਤਾ ਪਹਿਲਾਂ ਹੋਈ ਸੀਗੀ ਪਿਛਲੇ ਅੰਦੋਲਨ ਵੇਲੇ, ਵੈਸੀ ਏਕਤਾ ਐਤਕੀ ਹੁੰਦੀ ਦੀਦੀ ਨਹੀਂ ਹੈ ਜੀ, ਪਰ ਇੱਕ ਗੱਲ ਜਿਹੜੀ ਜਥੇਬੰਦੀਆਂ 'ਚ ਹੁਣ ਚੰਗੀ ਆ ਉਹ ਇਹੋ ਆ ਕਿ ਮੰਗਾਂ 'ਤੇ ਸਹਿਮਤੀ ਆ, ਅਤੇ ਨਾਲ ਜੋ ਹੋਇਆ ਚਾਹੇ ਮੌਤ ਦਾ ਹੋਵੇ ਚਾਹੇ ਹੋਰ ਜਿਹੜੇ ਫੱਟੜ ਹੋਏ ਕਿਸਾਨ ਆ ਜਾਂ ਕੋਈ ਵੀ ਕਿਸੇ ਕਿਸਮ ਦਾ ਦਮਨ ਚੱਕਰ ਆ ਜੀ, ਉਹਦੀ ਨਿਖੇਧੀ ਆ। ਪਰ ਉਹਨਾਂ ਨੇ ਪ੍ਰੋਗਰਾਮ ਹਾਢੀ ਦਿੱਤੇ ਆ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਐਤਕੀ ਪ੍ਰੋਗਰਾਮ ਇਹ ਨਾ ਨਾ ਹੋਵੇ ਕਿ ਤੁਸੀਂ ਉੱਧਰੋਂ ਦੇ ਦਿਓ, ਉਹ ਉੱਧਰੋਂ ਦੇਈ ਜਾਣ, ਉਹ ਉੱਧਰੋਂ ਦੇਈ ਜਾਣ। ਆਹ ਕੀ ਚੱਲ ਰਿਹਾ ਹੁਣ, ਅੱਜ ਹੈਗਾ ਬਲੈਕ ਡੇ, ਤੁਸੀਂ ਮੈਨੂੰ ਦੱਸੋ ਕਿੰਨਾ ਕੁ ਬਲੈਕ ਸੀ ਤੁਹਾਡੇ ਏਰੀਏ 'ਚ? ਕਿਤੇ ਕੁਛ ਵੀ ਨਹੀਂ ਦੇਖਿਆ। ਕਾਰਨ ਉਹੀ ਹੈ ਨਾ, ਲੋਕ ਦੂਰ ਹੁੰਦੇ ਆ ਫਿਰ ਤੁਹਾਡੇ ਤੋਂ, ਇੱਕ ਤਾਂ ਏਕਾ ਨਹੀਂ ਜੇ ਕਰ ਰਹੇ, ਦੂਜਾ ਹੈ ਕਿ ਪ੍ਰੋਗਰਾਮ। ਅੱਛਾ, ਕੱਲ੍ਹ ਤਾਂ ਅਫਵਾਹ ਇਹ ਫੈਲ ਗਈ ਕਿ ਪੰਜਾਬ ਫਿਰ ਬੰਦ ਹੋ ਰਿਹਾ ਜੀ, ਅਤੇ ਕਈ ਜਿਹੜੇ ਮੈਂ ਦੇਖਦਾ ਨਾ ਕਿ ਚੰਗੀ ਕਿਸਾਨੀ ਵਾਲੇ, ਉਹਨਾਂ ਨੇ ਤਾਂ ਕੱਲ੍ਹ ਵੀਡੀਓ ਵੀ ਪਾਤੀਆਂ ਕਿ ਯਾਰ ਕਿਉਂ ਲਾਲਾ ਜੀ ਨੂੰ ਮਾਰਨ ਡਿਆ ਜੀ, ਕਿਉਂ ਤੁਸੀਂ ਸਾਨੂੰ ਟਿੰਡੀ ਦੇ ਬੀਜ 'ਤੇ ਟੰਗਿਆ, ਕਿ ਹਾਲੇ ਥੋੜ੍ਹੇ ਦਿਨ ਪਹਿਲਾਂ ਤੁਸੀਂ ਕਾਲ ਦਿੱਤੀ ਹੈ ਬੰਦ, ਹੁਣ ਫਿਰ ਪੰਜਾਬ। ਉਹ ਤੋਂ ਬਾਅਦ 'ਚ ਸਾਫ਼ ਹੋਇਆ ਕਿ ਬਲੈਕ ਡੇ ਆ, ਬੰਦ ਨਹੀਂ ਹੈ ਜੀ। ਹੁਣ ਨਾਲ ਫਿਰ ਟਰੈਕਟਰ ਮਾਰਚ ਆ, ਅਤੇ ਇਸ ਤੋਂ ਇਲਾਵਾ ਸ਼ਾਇਦ 14 ਨੂੰ ਹੋਣੀ ਆ ਉੱਥੇ ਕਿਸਾਨ ਮਹਾਂਪੰਚਾਇਤ, ਹਾਂਜੀ, ਉਦੋਂ ਤੱਕ ਕੋਡ ਆਫ ਕੰਡਕਟ ਹੀ ਲੱਗ ਜਾਣਾ ਜੀ। ਪਰ ਏਕਤਾ ਵਾਲੀ ਗੱਲ ਜਿਹੜੀ ਆ ਨਾ, ਉਹ ਮੈਂ ਤੁਹਾਨੂੰ ਦੱਸ ਦਿੰਦਾ, ਵਿਚਲੀ ਗੱਲ ਇਹੋ ਆ ਕਿ ਵਿਚਾਰਕ ਵਖਰੇਵਿਆਂ ਤੋਂ ਇਲਾਵਾ ਹੁਣ ਇਹਨਾਂ ਦੀ ਗੇਮ ਨਿੱਜੀ ਵੀ ਆ, ਹਾਂਜੀ ਨਿੱਜੀ ਵੀ ਆ। ਇਹ ਤਾਂ ਹੁਣ ਥੋੜ੍ਹੀ ਗੱਲ ਇਹ ਆ ਕਿ ਢਕੀ ਜਾ ਰਹੀ ਆ ਇਸ ਕਰਕੇ ਕਿਉਂਕਿ ਲੜਾਈ ਜਿਹੜੀ ਆ ਨਾ ਉਹ ਸਮਝੀ ਜਾਂਦੀ ਯਾਰ ਸਾਂਝੀ ਆ ਜੀ, ਅਦਰਵਾਈਜ਼ ਇਹਨਾਂ ਦੀ ਲੜਾਈ ਤਾਂ ਤੁਹਾਨੂੰ ਪਤਾ ਸੜਕ 'ਤੇ ਆਈ ਹੋਈ ਆ, ਆਪਾਂ ਨੂੰ ਪਤਾ ਹੀ ਸਾਰਿਆਂ ਨੇ ਕਿਤੇ ਇੱਕ ਦੂਸਰੇ ਨੂੰ ਫੰਡ ਤੋਂ ਲੈ ਕੇ ਪਰਦੇ ਦੇ ਪਿੱਛੇ ਮੰਤਰੀਆਂ ਦੇ ਘਰਾਂ ਤੱਕ ਜਾਣ ਦੇ, ਰਾਤ ਦੇ ਹਨੇਰੇ 'ਚ ਚਿੱਠੀਆਂ ਲਿਖਣ ਤੱਕ, ਸਾਰੇ ਰੌਲੇ ਤਾਂ ਤੁਹਾਡੇ ਕੋਲ ਰਿਕਾਰਡ 'ਤੇ ਪਏ। ਹਾਲੇ ਤੁਸੀਂ ਦੇਖੋ ਆਹ ਚੀਜ਼ ਓਵਰ ਹੋ ਲੈਂਦੇ ਹੋ, ਇਹਨਾਂ ਦਾ ਰੌਲਾ ਫੇਰ ਪਊਗਾ ਜੀ, ਰੱਟਾ ਫੇਰ ਪੈ ਜਾਣਾ ਆ। ਇਸ ਕਰਕੇ SKM ਵਾਲਿਆਂ ਨੇ ਜੋ ਫੈਸਲਾ ਕੀਤਾ, ਚਲੋ ਆਪਾਂ ਹੁਣ ਕੀ ਕਹੀਏ, ਉਹਨਾਂ ਦੇ ਆਪਣੇ ਫੈਸਲੇ ਆ, ਪਰ ਉਹਦੇ ਨਾਲ ਜਿਹੜਾ ਮੈਸੇਜ ਲੋਕਾਂ 'ਚ ਗਿਆ ਹੇਠਾਂ ਆਮ ਬੰਦੇ 'ਚ, ਉਹ ਇਹੋ ਹੀ ਆ ਕਿ ਬਈ ਇਹ ਇੱਕੋ ਕਿ ਨਹੀਂ ਚੱਲ ਰਿਹਾ ਇਸ ਵੇਲੇ, ਅਤੇ ਜੇ ਇੱਕੋ ਕਿ ਨਹੀਂ ਚੱਲ ਰਿਹਾ ਕਿ ਇਹ ਜਿੱਤਣਗੇ ਤਾਂ ਉੱਥੇ ਜਿੱਤ ਵੀ ਕਿਤੇ ਨਾ ਕਿਤੇ ਸ਼ੱਕੀ ਹੋ ਜਾਂਦੀ ਆ। ਇੱਕ ਚੀਜ਼ ਤੁਹਾਨੂੰ ਮੈਂ ਵੱਡੀ ਦੱਸ ਦੇਵਾਂ ਜੀ, ਭਾਰਤ ਸਰਕਾਰ 'ਚ ਕੱਲ੍ਹ ਤੁਹਾਨੂੰ ਦੱਸਿਆ ਸੀਗਾ ਕਿ ਮੰਤਰਾਲਿਆਂ 'ਚ ਹਿਲਜੁਲ ਆ, ਹਾਂਜੀ, ਅੱਜ ਵੱਡੀ ਖਬਰ ਇਹ ਆ ਰਹੀ ਸੀਗੀ ਕਿ ਉਹਨਾਂ ਨੇ ਜੋ ਉੱਥੇ ਪੜਚੋਲ ਕੀਤੀ ਆ ਸਾਰੀ ਪਰਿਸਥਿਤੀ ਦੀ, ਤਾਂ ਉਹਨਾਂ ਦਾ ਸਿੱਟਾ ਇਹੋ ਆ ਕਿ MSP ਨਹੀਂ ਦੇਣੀ, ਤਤ ਕੱਟ ਕੇ ਬਸ ਕੁਲ ਮਿਲਾ। ਬਿਲਕੁਲ, ਉਹ ਕਹਿੰਦੇ ਕਿ MSP ਨਹੀਂ ਦਿੱਤੀ ਜਾ ਸਕਦੀ, ਜਿਵੇਂ ਕੰਮ ਚੱਲਦਾ ਚਲਾਓ। ਅਤੇ ਦੂਜੀ ਗੱਲ, ਕੱਲ੍ਹ ਪ੍ਰਧਾਨ ਮੰਤਰੀ ਦਾ ਵੀ ਬਿਆਨ ਹੈ ਕਿ ਖੇਤੀ ਨੂੰ ਜੀ ਆਪਾਂ ਇੱਕ ਵਪਾਰ 'ਚ ਤਬਦੀਲ ਕਰਨਾ, ਤਾਂ ਉਹ ਕਿਵੇਂ ਕਿ ਜਿਹੜਾ ਮੋਟਾ ਅਨਾਜ ਆ ਉਸ ਬਾਜ਼ਾਰ ਨੂੰ ਤੁਸੀਂ ਬਈ ਜਿਹੜਾ ਉਹ ਕੈਪਚਰ ਕਰੋ, ਅਤੇ ਸਾਰੀਆਂ ਜਿਹੜੀਆਂ ਸਹੂਲਤਾਂ ਮੋਟੇ ਅਨਾਜ ਨੂੰ ਦਿਓ। ਤਾਂ ਹੋਰ ਤੁਹਾਨੂੰ ਦੱਸ ਦੇਣਾ ਇਸ ਤੋਂ ਵੀ ਅੱਗੇ ਜੀ, MSP ਵਾਲੀ ਜਿਹੜੀ ਕਮੇਟੀ ਬਣਾਈ ਆ ਇਹਨਾਂ ਨੇ 2 ਸਾਲ ਪਹਿਲਾਂ, ਉਹਦੀ ਰਿਪੋਰਟ ਵੀ ਤਿਆਰ ਜੇ ਕਿਸੇ ਵੇਲੇ ਵੀ, ਉਹ ਇਹਨਾਂ ਨੇ ਇਸੇ ਕਰਕੇ ਰੋਕ ਰੱਖੀ ਆ, ਅਦਰਵਾਈਜ਼ ਉਹ ਵੀ ਆ ਜਾਣੀ ਸੀਗੀ, ਉਹਦੇ ਵਿੱਚ ਵੀ ਇਹੀ ਚੀਜ਼ਾਂ ਨੇ ਜੀ ਜੀ ਜੀ। ਉੱਪਰ ਇੱਕ ਦੋ ਵੀਰਾਂ ਦੇ ਕਮੈਂਟ ਸੀ, ਕਹਿੰਦੇ ਜੀ ਕਿ ਜੇ SKM ਵਾਲੇ ਸਮਰਥਨ ਦੇ ਦਿੰਦੇ ਤਾਂ ਅੱਜ ਕੁਝ ਮਾਹੌਲ ਆ ਜਿਹੜਾ ਉਹ ਹੋਰ ਹੋਣਾ ਸੀ, ਰਾਜੇਵਾਲ ਹੋ ਰਹੇ ਜਾਂ ਕੋਈ ਵੀ ਜਥੇਬੰਦੀਆਂ, ਚੌਧਰੀ ਸਾਹਿਬ ਕਹਿੰਦੇ ਪਏ ਸੀਗੇ ਜੀ। ਹਾਂ ਬਈ, ਹੋ ਸਕਦਾ ਸੀ ਕਿ ਕੋਈ ਨਾ ਕੋਈ ਗੇਮ ਆ ਜਿਹੜੀ ਬਦਲ ਜਾਂਦੀ, ਅਤੇ ਇਹਦੇ ਨਾਲ ਇਹ ਵੀ ਇਹ ਚੀਜ਼ ਜੇ ਵੀ ਆਖਦੇ ਜਾਂਦੇ ਮਿੰਟੂ ਜੀ ਮੇਰੇ ਖਿਆਲ ਨਾਲ ਕਿ ਬਈ ਜਿਹਦੀ ਮਰਜ਼ੀ ਹੈ, ਜੇ ਕਿਸੇ ਕਿਸਾਨ ਨੇ ਪਿੰਡਾਂ 'ਚ ਜਾਣਾ ਤਾਂ ਕੋਈ ਗੱਲ ਨਹੀਂ, ਜਾਓ ਉੱਥੇ, ਤਾਂ ਫਿਰ ਵੀ ਠੀਕ ਸੀਗਾ ਮੇਰੇ ਖਿਆਲ ਨਾਲ। ਉਹਨਾਂ ਤਾਂ ਕਰੇ ਤੱਕ ਬਾਈ ਸਾਨੂੰ ਬੁਲਾਉਂਦੇ ਨਹੀਂ ਸੀ, ਇਹ ਤਾਂ ਇੱਕ ਦੂਜੇ ਦੀਆਂ ਜਥੇਬੰਦੀਆਂ ਤੋੜ ਰਹੇ ਨੇ। ਹਾਂਜੀ, ਤੁਹਾਡੇ ਸਾਹਮਣੇ ਆਪਾਂ ਉਦਣ ਵੀ ਗੱਲ ਕੀਤੀ ਸੀਗੀ ਜੀ ਕਿ ਇੱਕ ਦੂਜੇ ਨੂੰ ਖਿੱਚਿਆ ਜਾ ਰਿਹਾ, ਵੀਡੀਓ ਪਾਈਆਂ ਜਾ ਰਹੀਆਂ, ਪੋਸਟਾਂ ਪਾਈਆਂ ਜਾ ਰਹੀਆਂ ਨੇ, ਅਤੇ ਇਸ ਤਰ੍ਹਾਂ ਦੀ ਖਿੱਚਤਾਣ ਜਿਹੜੀ ਹੁੰਦੀ ਆ ਅੰਦਰ ਦੀ ਰਾਜਨੀਤੀ ਹੁੰਦੀ ਆ, ਬਹੁਤ ਜਲਦੀ ਲੋਕਾਂ ਤੱਕ ਪਹੁੰਚ ਜਾਂਦੀ ਆ। ਅੱਜ ਕੱਲ੍ਹ ਹੁਣ ਦੇਖੋ ਲਾਗੇ ਬੰਨੇ ਦਾ ਕੋਈ ਨੇੜੂ ਤੇੜੂ ਕੋਈ ਰਿਸ਼ਤੇਦਾਰ ਕੋਈ ਨਾ ਕੋਈ ਮੋਰਚੇ 'ਚ ਹੁੰਦਾ, ਉਹ ਸਾਰੀਆਂ ਗੱਲਾਂ ਜਿਹੜੀਆਂ ਉਹ ਦੱਸ ਦਿੰਦਾ ਹੈ।
हुण एक चीज़ साडे तक जिहड़ी पहुंची आ, एक नहीं कई बंदे ने पहुंचाई कि खनौरी लीडरलैस सीगे लोग। हाँ जी, इत्थे हालात ही इस करके विगड़े ने। हाँ, स्टार्टिंग तो इदां दा कम सीगा, स्टार्टिंग नहीं है, बाद दे विच मैच्योर नेता जां बड़ा प्रभावशाली नेता है ही नहीं सी जी। तो जिहड़े नौजवान सीगे मतलब कि वह आप मारे हो गए, बैठे लोगों ने दसी है। हाँ जी, सानू हुण फोन फान करते रहिंदे आ जी कि भाई आह गल आ बात है इस तरह, जां जिहड़े आउंदे आ वापस वह आके गल दस देंदे आ जी। जी जी जी, इधरले पास्यों अजय राणा जी ये कहिंदे जी, मिंटू जी पुलिस के उत्ते जे कोई धरने बजारे दे विच आके मान लो भी कुछ ना कुछ उन्होंने पंगा लैंदा तां उहदे ते 307 दा परचा बन जांदा, इस करके विचारे डरदे मारी तशद्दुद सही होंदे कई वारी, कहिंदे कि इह हुंदा कि यार वी पुलिस वाले उल्टा गेम ना पा देण, ਇਹ ਵੀ ਚੀਜ਼ਾਂ ਹੋ ਜਾਂਦੀਆਂ ਕਈ ਵਾਰ। ਉਹ ਤਾਂ ਹੈ ਜੀ, ਪ੍ਰੋਟੈਸਟਰ ਤਾਂ ਦੇਖੋ ਗੱਲ ਇਹ ਆ ਕਿ ਤਾਂ ਹੀ ਜਿਹੜੇ ਸਿਆਣੇ ਆਗੂ ਆ ਉਹ ਇੱਕੋ ਗੱਲ ਕਹਿੰਦੇ ਆ ਕਿ ਬਾਈ ਆਪਾਂ ਪੀਸਫੁਲੀ ਰਹਿਣਾ ਜੀ। ਜਦੋਂ ਤੁਸੀਂ ਵਾਇਲੈਂਟ ਹੋਏ, ਹਿੰਸਕ ਹੋਏ, ਉਹਨਾਂ ਦੇ ਕੋਲ ਇੱਕ ਹਥਿਆਰ ਆ ਜਾਂਦਾ ਜੀ, ਜਿਹੜਾ ਕਿ ਪਹਿਲਾਂ ਹੀ ਉਹਨਾਂ ਦੇ ਕੋਲ ਹੱਥ 'ਚ ਡੰਡਾ ਤਾਂ ਹੈ ਹੀ ਹੈ, ਫਿਰ ਉਹਨਾਂ ਦੇ ਕੋਲ ਦੂਸਰੇ ਹੱਥ 'ਚ ਕਲਮ ਵੀ ਆ ਜਾਂਦੀ ਹੈ ਜੀ। ਤਾਂ ਸਿਆਣਾ ਨੇਤਾ ਤਾਂ ਹੀ ਕਹਿੰਦਾ ਕਿ ਯਾਰ ਪੀਸਫੁਲੀ ਚੱਲੋ, ਤਾਂ ਕਿ ਉਹ ਜ਼ੁਲਮ ਕਰਨ ਤਾਂ ਦੁਨੀਆ ਦੇਖੇ ਜੀ, ਅਸੀਂ ਜ਼ੁਲਮ ਸਹੀਏ ਹੋਰ ਮਜ਼ਬੂਤ ਹੋਈਏ। ਤਾਂ ਖੀਰ ਗੱਲ ਤਾਂ ਉੱਥੇ ਹੀ ਨਿਬੜਦੀ ਹੈ ਨਾ ਜਾ ਕੇ, ਤੁਹਾਨੂੰ ਪਤਾ ਹੀ ਆ ਕਿ ਟੇਬਲ 'ਤੇ ਸ਼ਾਂਤੀ ਨਾਲ ਹੀ ਮਸਲਾ ਹੱਲ ਹੁੰਦਾ ਜੀ। ਇਹ ਗੱਲ ਠੀਕ ਹੈ ਤੁਹਾਡੀ। ਇਧਰਲੇ ਪਾਸੇ ਮੁਕੱਦਰ ਜੀ ਇਹ ਕਹਿੰਦੇ ਜੀ, ਪਹਿਲਾਂ ਇਹਨਾਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ, ਲੜਾਈ ਸ਼ੁਰੂ ਕਰਨੀ ਚਾਹੀਦੀ ਹੈ। ਡਰੇਵਾਲ ਅਤੇ ਭੰਦੇਰ ਸਾਹਿਬ ਨੇ ਕਹਿੰਦੇ ਕਿ ਗਲਤ ਕੀਤਾ ਜੀ, ਪਿਛਲਾ ਅੰਦੋਲਨ ਵੀ ਇਸ ਤਰ੍ਹਾਂ ਦੇ ਨਾਲ ਜ਼ੀਰੋ ਕਰਵਾ ਦੇਣਗੇ ਜੀ। ਅਤੇ WTO ਦੇ ਉੱਤੇ ਬਾਈ ਚਾਨਣਾ ਪਾਓ ਪਲੀਜ਼, ਜਾਂ ਤਾਂ ਕੋਈ ਸਵਾਲ ਕਰ ਲਓ ਉਹਦੇ 'ਤੇ, ਪਹਿਲਾਂ ਗੱਲਬਾਤ ਹੋ ਗਈ। ਬਹੁਤ ਲੰਬਾ ਵਿਸ਼ਾ ਜੀ, ਉਹਦੇ 'ਤੇ ਅੱਗੇ ਅਸੀਂ ਕਈ ਵਾਰ ਗੱਲਾਂ ਕੀਤੀਆਂ, ਮੈਂ ਅਤੇ ਪ੍ਰਵੀਨ ਜੀ ਹੁੰਦੇ ਸੀਗੇ ਉਦੋਂ ਜੀ, ਅਸੀਂ ਗੱਲਾਂ ਬਾਤਾਂ ਕੀਤੀਆਂ ਨੇ। ਉਹ ਲੰਬਾ ਵਿਸ਼ਾ, ਉਹਦੇ 'ਚ ਕਈ ਚੈਪਟਰ ਨੇ, ਜਿੱਦਾਂ ਲਾ ਲਓ ਕਿ ਖੇਤੀ ਦਾ ਅਲੱਗ ਹੈ, ਫਿਰ ਗਾਂ ਖੇਤੀ ਦੇ ਵਿੱਚ ਕੀ ਕੁਛ ਜਿਹੜਾ ਉਹਨਾਂ ਨੇ ਘਟਾਉਣਾ। ਬਸ ਮੁੱਕਦੀ ਗੱਲ ਇਹ ਆ ਕਿ ਉਹ ਇਸ ਤਰ੍ਹਾਂ ਸਮਝ ਲਓ ਕਿ WTO ਇੱਕ ਸਮੂਹ ਹੈ ਜਿਹਦੇ 'ਚ ਇੱਕ ਸਮਝੌਤਾ ਹੈ, ਤਾਂ ਇੱਕ ਓਪਨ ਮਾਰਕੀਟ ਦੇਣੀ ਆ, ਬਰੋਬਰ ਮੁਕਾਬਲਾ ਰੱਖਣਾ। ਤਾਂ ਇੰਡੀਆ ਜਿਹੜਾ ਹਾਲ ਦੀ ਘੜੀ ਕਹਿ ਲਓ ਕਿ ਬਹੁਤ ਸਾਰੀਆਂ ਕਿਸਾਨੀ ਨਾਲ ਜੁੜੀਆਂ ਜਿਹੜੀਆਂ ਨਾ ਐਂਟਰੀਆਂ ਬੰਦ ਰੱਖਦਾ ਕਿਸੇ ਨਾ ਕਿਸੇ ਤਰੀਕੇ ਨਾਲ। ਤਾਂ ਉਹ ਕਹਿੰਦੇ ਕਿ ਤੁਸੀਂ ਸਬਸਿਡਾਈਜ਼ ਕਰਨਾ ਕਿਸਾਨ ਨੂੰ ਛੱਡ ਦਿਓ। ਇਹ ਗੱਲ ਵੱਖਰੀ ਹੈ ਕਿ ਸਭ ਤੋਂ ਜ਼ਿਆਦਾ ਸਬਸਿਡੀ ਅਮੈਰੀਕਾ ਦੇ ਕਿਸਾਨ ਨੂੰ ਮਿਲਦੀ ਹੈ ਜੀ। ਮੈਂ ਐਵਰੇਜ ਕੱਢੀ ਹੋਈ ਆ, ਹੁਣ ਮੈਂ ਕਿਤੇ ਉੱਕ ਨਾ ਜਾਵਾਂ, ਲਗਭਗ 3-4 ਸਾਲ ਪਹਿਲਾਂ ਇਹ ਅੰਕੜੇ ਕੱਢੇ ਸਨ ਅਸੀਂ ਕਿ ਉਹਨਾਂ ਨੂੰ ਲਗਭਗ 40-45 ਲੱਖ ਰੁਪਈਆ ਮਿਲਦਾ। ਅੱਛਾ ਜੀ, ਸਬਸਿਡੀ ਸਾਡੇ ਹਿੱਸੇ ਜੇ ਤੁਸੀਂ ਇੱਕ ਕਿਸਾਨ ਨੂੰ ਸਾਰੀ ਸਬਸਿਡੀ ਵੰਡ ਕੇ ਦਿਓਗੇ ਤਾਂ 13-14,000 ਬਣਦਾ, ਜੇ ਮੈਂ ਭੁੱਲਦਾ ਨਹੀਂ। ਇਹ ਅੰਕੜੇ ਵੈਸੇ ਤਾਂ ਰੱਟੇ ਹੁੰਦੇ ਆ ਜੀ, ਤਾਂ ਕਹਿਣ ਦਾ ਮਤਲਬ ਹੈ ਕਿ ਉਹ ਇਹੀ ਕਹਿੰਦੇ ਕਿ ਸਬਸਿਡੀਆਂ ਘੱਟ ਕਰਕੇ, ਕਿਉਂਕਿ ਜੇ ਇੱਕ ਮੁਲਕ ਜ਼ਿਆਦਾ ਸਬਸਿਡੀ ਦੇਵੇਗਾ ਤਾਂ ਦੂਸਰਾ ਮੁਲਕ ਜਿਹੜਾ ਉਹ ਆਪਦੇ ਕਿਸਾਨ ਨੂੰ ਜ਼ੀਰੋ ਸਬਸਿਡੀ ਦਿੰਦਾ, ਦੋਹਾਂ 'ਚ ਫਰਕ ਪੈ ਜਾਏਗਾ ਨਾ। ਤਾਂ ਉਹ ਕਹਿੰਦੇ ਆ ਕਿ ਬਾਈ ਮਤਲਬ ਕਿ ਓਪਨ ਮਾਰਕੀਟ ਜਿਹੜੀ ਉਹ ਰਹਿਣੀ ਚਾਹੀਦੀ ਆ। ਸੋ ਇਹ WTO ਦਾ ਜਿਹੜਾ ਖੇਤੀ ਸਮਝੌਤਾ ਉਹ ਇਸ ਤਰ੍ਹਾਂ ਦਾ ਹੀ ਸ਼ੇਪ ਰੱਖਦਾ ਜੀ। ਜੀ, ਇੱਧਰਲੇ ਪਾਸਿਓ ਕਰਨ ਜੀ ਨੇ ਇੱਕ ਇਹ ਵੀਰ ਕਹਿੰਦੇ ਕਿ ਜੀ ਟੇਬਲ 'ਤੇ ਗੱਲ ਕਰਨੀ ਹੁੰਦੀ ਹੈ ਤਾਂ ਫਿਰ ਕਹਿੰਦੇ ਕਿ ਟਰੈਕਟਰ JCB ਕਿਉਂ ਲੈ ਕੇ ਆਇਆ ਜੀ, ਕਹਿੰਦੇ ਕਿ ਬਈ ਸਰਕਾਰ ਨਾਲ ਜਾਣਾ ਸੀ ਤਾਂ ਦਿੱਲੀ ਆ ਕੇ ਗੱਲ ਕਰ। ਚਲੋ ਜੋ ਵੀ ਆ, ਦੇਖੋ ਗੱਲ ਇਹ ਆ ਕਿ ਪਹਿਲਾਂ ਉਹ JCB ਲੈ ਕੇ ਨਹੀਂ ਸਨ ਤੁਰੇ। ਹਾਂਜੀ ਸਰ, ਪਹਿਲਾਂ JCB ਲੈ ਕੇ ਨਹੀਂ ਸਨ ਚੱਲੇ। ਤੁਸੀਂ ਮੈਨੂੰ ਦੱਸੋ ਕਿ MSP ਦਾ ਜਦੋਂ ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਕਮੇਟੀ ਬਣਾ ਦਿੱਤੀ, ਉਹਨਾਂ ਨੇ 2 ਸਾਲ 'ਚ ਰਿਜ਼ਲਟ ਕਿਉਂ ਨਹੀਂ ਦਿੱਤਾ? ਹਾਂਜੀ, ਤੁਸੀਂ ਪਹੁੰਚੋ ਕਿ ਕਿਸਾਨ ਦਾ ਗਲਾਵਾ ਕਿਉਂ ਫੜਦੇ ਜੇ ਜੀ? ਤੁਸੀਂ ਉਦੋਂ ਹੀ ਕਹਿ ਦਿੰਦੇ ਕਿ MSP ਨਹੀਂ ਦਿੱਤੀ ਜਾ ਸਕਦੀ। ਬਾਈ ਬਹਿਣਾ ਬੈਠੇ ਰਹੋ, 378 ਦਿਨ ਹੋ ਗਏ, ਭਾਵੇਂ ਤੁਸੀਂ 1078 ਦਿਨ ਬਹਿ ਜਾਓ। ਹਾਂਜੀ, ਬਾਕੀ ਜਿੰਨਾ ਕਰ ਸਕਦੇ ਸੀ ਅਸੀਂ ਕਰਤਾ ਬਾਈ। ਕਦੇ ਸਵਾਲ ਸਰਕਾਰ ਨੂੰ ਵੀ ਕਰੋ ਨਾ ਜੀ, ਜੇ ਨਹੀਂ ਇਹਨਾਂ ਚੀਜ਼ਾਂ 'ਤੇ ਤਾਂ ਪ੍ਰਧਾਨ ਮੰਤਰੀ ਨੇ ਓਪੋਜੀਸ਼ਨ 'ਚ ਰਹਿੰਦੇ ਆ ਗੱਲਾਂ ਕਿਉਂ ਕਹੀਆਂ? ਕਦੇ ਉਹਨਾਂ ਨੂੰ ਵੀ ਸਵਾਲ ਕਰੋ। ਮੈਂ ਕੱਲ੍ਹ ਵੀਡੀਓ ਸੁਣਾਈ ਸੀ ਤੁਹਾਨੂੰ, ਹਾਂਜੀ, ਅੱਜ ਭਗਵੰਤ ਮਾਨ ਹੋਰਾਂ ਦੀ ਵੀਡੀਓ ਡਾਊਨਲੋਡ ਕਰੀ ਬੈਠਾ ਮੈਂ। ਇਹ 3 ਥਾਂ 'ਤੇ ਕਹਿ ਰਹੇ ਨੇ ਕਿ MSP ਮੈਂ ਦੇਊਂਗਾ। ਤਾਂ ਗੱਲ ਇਹ ਆ ਕਿ ਯਾਰ ਉਹਨਾਂ ਨੂੰ ਵੀ ਸਵਾਲ ਕਰੋ ਨਾ ਕਿ ਜਦੋਂ ਤੁਹਾਡਾ ਇੱਕ ਟੇਬਲ 'ਤੇ ਸਮਝੌਤਾ ਹੋ ਗਿਆ ਗੱਲ ਹੋ, ਤਾਂ ਤੁਸੀਂ 2 ਸਾਲ ਵਿੱਚ ਨਤੀਜਾ ਹੀ ਕਿਉਂ ਨਹੀਂ ਕੱਢਿਆ ਉਹਦਾ? ਇੱਕ ਸਵਾਲ ਉਹਨਾਂ ਨੂੰ ਵੀ ਕਰ ਦਿਓ। ਹਾਂ, ਅਸੀਂ ਕਹਿੰਦੇ ਹਾਂ, ਅਸੀਂ ਤਾਂ ਹੁਣੇ ਕਰਕੇ ਹਟੇ ਹਾਂ ਸਵਾਲ ਇਹਨਾਂ ਨੂੰ। ਇਹਨਾਂ ਦੀਆਂ ਕਾਲਾਂ ਆਉਂਦੀਆਂ ਜੋ ਇਹਨਾਂ ਦੀ ਆਪਸ 'ਚ ਵਖਰੇਵੇਂ ਨੇ ਜੋ, ਹਾਲਾਂਕਿ ਅਸੀਂ ਕਦੇ ਵੀ ਵਾਇਲੈਂਸ ਦੀ ਕਦੇ ਨਹੀਂ ਕਿਹਾ ਨੇ ਵਾ ਕਿ ਹਾਂ ਬਾਈ ਚੱਕ ਦਿਓ। ਮੈਂ ਤਾਂ ਨਹੀਂ ਘੱਟੋ ਘੱਟ ਕਹਿੰਦਾ, ਕਿਉਂਕਿ ਜੇ ਤੁਸੀਂ ਜਾ ਕੇ ਕਿਸੇ 'ਤੇ ਪੱਥਰ ਮਾਰੋਗੇ ਤਾਂ ਜਿਹੜਾ ਬੰਦਾ ਅਖਤਿਆਰ ਲੈ ਕੇ ਬੈਠਾ ਹੈ ਉਹ ਪੱਥਰ ਦੀ ਜਗ੍ਹਾ 'ਤੇ ਹੋ ਸਕਦਾ ਕਿ ਉਹ ਤੋਂ 5 ਗੁਣਾ ਵੱਡਾ ਪੱਥਰ ਮਾਰ ਦੇਵੇ ਤੁਹਾਡੇ ਜੀ।
पर सवाल कदे सरकार नूं भी करो ना निरपक्ष होके कि हजूर तुसी मन्ने ही क्यों सी लखीमपुर खीरी च वापरिया वो की टैनी तो की दाल दलाउंदे आ वे सुप्रीम कोर्ट तक ने कहा उस बंदे ने किस तरह के बयान दिते उन्हूं वजारत च हाले भी रखी बैठे दसो ब्राह्मण वोट करके इन चीज़ों पर भी थोड़ा बोलिया करो सर माफी सहित असं तुहानूं कह रहे हैं जी जी जी।